ਸ਼ੋਰਟ ਸਰਕਟ ਤੋਂ ਕਾਰ ਨੂੰ ਅੱਗ ਲੱਗੀ, ਬਹੁਤ ਨੁਕਸਾਨ ਹੋਇਆ ਸੀਗਾ। ਮੇਰਾ ਨਾਂ ਹੀਰਾ ਸਿੰਘ ਹੈ ਜੀ, ਮੈਂ ਨਿਊ ਸੈਂਟਰ ਟਾਊਨ 'ਚ ਰਹਿੰਦਾ। ਰਾਤੀ ਅਚਾਨਕ ਤਕਰੀਬਨ 3:15 ਵਜੇ ਦੇ ਲਾਗੇ ਛਾਗੇ ਖੜ੍ਹੀ ਕਾਰ ਦੀ ਬੈਟਰੀ ਤੋਂ ਸ਼ੋਰਟ ਸਰਕਟ ਤੋਂ ਕਾਰ ਨੂੰ ਅੱਗ ਲੱਗੀ। ਕਾਰ ਨੂੰ ਅੱਗ ਲੱਗਣ ਕਰਕੇ ਅਤੇ ਘਰ ਦਾ ਵੀ ਕੁਛ ਨੁਕਸਾਨ ਹੋਇਆ। ਜਿਹੜਾ ਬਾਅਦ ਜਿੱਥੇ ਕਾਰ ਖੜ੍ਹੀ ਸੀ ਉਹਦੇ ਸ਼ੀਸ਼ੇ ਟੁੱਟ ਗਏ, ਸ਼ੀਸ਼ੇ ਟੁੱਟ ਗਏ, ਛੱਤ ਉੱਪਰ ਸਾਰੀ POP ਲੋਸ ਹੋ ਗਈ ਹੈ। ਕਾਰ ਤਾਂ ਬਿਲਕੁਲ ਡੈਮੇਜ ਹੋ ਗਈ। ਇੱਕ ਵਾਸ਼ਿੰਗ ਮਸ਼ੀਨ ਸੀ, ਵਾਸ਼ਿੰਗ ਮਸ਼ੀਨ ਦੀ ਉਹ ਵੀ ਸੜ ਗਈ। ਸਾਈਕਲ ਸੀ ਬੱਚਿਆਂ ਦੇ, ਪੈਸੇ ਦੋ ਉਹ ਸੜ ਗਏ। ਬਾਕੀ ਹੋਰ ਜੋ ਇੱਥੇ ਸਮਾਨ ਪਿਆ ਸੀ ਪੋਰਚ 'ਚ ਉਹ ਖਰਾਬ ਹੋ ਗਿਆ। ਜਦੋਂ ਸਮੈਲ ਆਈ, ਸਮੈਲ ਤੋਂ ਪਤਾ ਲੱਗਿਆ ਵੀ ਕੋਈ ਸਮੈਲ ਆ ਰਹੀ ਕਿਸੇ ਚੀਜ਼ ਸੜੀ ਦੀ। ਉਸ ਤੋਂ ਬਾਅਦ ਉੱਠ ਕੇ ਦੇਖਿਆ ਤਾਂ ਕਾਰ ਦੀ ਬੋਨ ਚੋਂ ਅੱਗ ਨਿਕਲ ਰਹੀ ਸੀ। ਨੁਕਸਾਨ ਤਾਂ ਕਾਰ ਤੁਹਾਡੇ ਸਾਹਮਣੇ ਹੀ ਆ। ਕਾਰ ਤਕਰੀਬਨ ਲਾਓ ਤੁਸੀਂ ਪੁਰਾਣੀ ਕਾਰ ਆ, 1.5 ਲੱਖ ਰੁਪਏ ਤਾਂ ਹੈਗੀ ਆ ਨਾ। ਕਾਰ ਸ਼ੈਵਲੈਟ ਬੀਟ ਅੱਜ ਤੜਕ ਸਾਰ 3:30 ਵਜੇ ਸਾਹਮਣੇ ਹੀਰਾ ਸਿੰਘ ਭਾਈ ਉਹਨਾਂ ਦੇ ਸ਼ੋਰਟ ਸਰਕਟ ਦੇ ਨਾਲ ਗੱਡੀ ਨੂੰ ਅੱਗ ਲੱਗ ਗਈ। ਉਹਦਾ ਕਰਕੇ ਨਾਲ ਬਹੁਤ ਕਾਫੀ ਨੁਕਸਾਨ ਹੋਇਆ, ਪਰ ਅਸੀਂ ਜਦੋਂ ਉਹਨਾਂ ਨੇ ਸਾਨੂੰ 15 ਮਿੰਟ ਬਾਅਦ 10 ਮਿੰਟਾਂ ਬਾਅਦ ਜਾਣ ਕੇ ਫੋਨ ਲਾਇਆ, ਆ ਕੇ ਨਾਲ ਵਾਹਵਾ ਹੈਲਪ ਕਰਾਈ ਤੇ ਚਲੋ ਆਪਦੇ ਕਾਬੂ ਪਾਇਆ ਵਾ, ਪਰ ਨੁਕਸਾਨ ਕਾਫੀ ਹੋ ਗਿਆ। ਹਾਂ, ਬਾਕੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਤੇ ਨਾਲ 2-3 ਸਿਲੰਡਰ ਵੀ ਕੋਲ ਹੈਗੇ ਸੀਗੇ ਤੇ ਵੱਡਾ ਹਾਦਸਾ ਹੋਣ ਤੋਂ ਵਾਹਵਾ ਰੋਕਿਆ ਨੀ ਤੇ ਬਹੁਤ ਨੁਕਸਾਨ ਹੋਇਆ ਸੀਗਾ। ਕੋਲ ਵਾਸ਼ਿੰਗ ਮਸ਼ੀਨ ਆ ਉਹ ਵੀ ਸੜ ਗਈ ਆ ਤੇ ਨਾਲ 2 ਸਾਈਕਲ ਸੀਗੇ ਉਹ ਵੀ ਨੁਕਸਾਨੇ ਗਏ ਆ ਤੇ ਕੋਈ ਛੱਤ ਦਾ ਵੀ ਥੋੜਾ ਨੁਕਸਾਨ ਹੋਇਆ ਵਾ। ਤੇ ਫਿਰ ਵੀ ਚਲੋ ਸਿਲੰਡਰ ਗਰਮ ਬਹੁਤ ਹੀ ਫਿਰ ਵੀ ਕੱਢੇ ਨਾਲ ਗੁਆਂਢ ਗੁਆਂਢ ਨਾਲ ਰਲ ਮਿਲ ਕੇ ਤੇ ਉਹਨਾਂ ਨੂੰ ਅੱਗ ਪੈਣ ਤੋਂ ਬਚ ਗਈ ਆ। ਸ਼ੋਰਟ ਸਰਕਟ ਤੋਂ ਕਾਰ ਨੂੰ ਅੱਗ ਲੱਗੀ, ਬਹੁਤ ਨੁਕਸਾਨ ਹੋਇਆ ਸੀਗਾ। ਮੇਰਾ ਨਾਂ ਹੀਰਾ ਸਿੰਘ ਹੈ ਜੀ, ਮੈਂ ਨਿਊ ਸੈਂਟਰ ਟਾਊਨ 'ਚ ਰਹਿੰਦਾ। ਰਾਤੀ ਅਚਾਨਕ ਤਕਰੀਬਨ 3:15 ਵਜੇ ਦੇ ਲਾਗੇ ਛਾਗੇ ਖੜ੍ਹੀ ਕਾਰ ਦੀ ਬੈਟਰੀ ਤੋਂ ਸ਼ੋਰਟ ਸਰਕਟ ਤੋਂ ਕਾਰ ਨੂੰ ਅੱਗ ਲੱਗੀ। ਕਾਰ ਨੂੰ ਅੱਗ ਲੱਗਣ ਕਰਕੇ ਅਤੇ ਘਰ ਦਾ ਵੀ ਕੁਛ ਨੁਕਸਾਨ ਹੋਇਆ। ਜਿਹੜਾ ਬਾਅਦ ਜਿੱਥੇ ਕਾਰ ਖੜ੍ਹੀ ਸੀ ਉਹਦੇ ਸ਼ੀਸ਼ੇ ਟੁੱਟ ਗਏ, ਸ਼ੀਸ਼ੇ ਟੁੱਟ ਗਏ, ਛੱਤ ਉੱਪਰ ਸਾਰੀ POP ਲੋਸ ਹੋ ਗਈ ਹੈ। ਕਾਰ ਤਾਂ ਬਿਲਕੁਲ ਡੈਮੇਜ ਹੋ ਗਈ। ਇੱਕ ਵਾਸ਼ਿੰਗ ਮਸ਼ੀਨ ਸੀ, ਵਾਸ਼ਿੰਗ ਮਸ਼ੀਨ ਦੀ ਉਹ ਵੀ ਸੜ ਗਈ। ਸਾਈਕਲ ਸੀ ਬੱਚਿਆਂ ਦੇ, ਪੈਸੇ ਦੋ ਉਹ ਸੜ ਗਏ। ਬਾਕੀ ਹੋਰ ਜੋ ਇੱਥੇ ਸਮਾਨ ਪਿਆ ਸੀ ਪੋਰਚ 'ਚ ਉਹ ਖਰਾਬ ਹੋ ਗਿਆ। ਜਦੋਂ ਸਮੈਲ ਆਈ, ਸਮੈਲ ਤੋਂ ਪਤਾ ਲੱਗਿਆ ਵੀ ਕੋਈ ਸਮੈਲ ਆ ਰਹੀ ਕਿਸੇ ਚੀਜ਼ ਸੜੀ ਦੀ। ਉਸ ਤੋਂ ਬਾਅਦ ਉੱਠ ਕੇ ਦੇਖਿਆ ਤਾਂ ਕਾਰ ਦੀ ਬੋਨ ਚੋਂ ਅੱਗ ਨਿਕਲ ਰਹੀ ਸੀ। ਨੁਕਸਾਨ ਤਾਂ ਕਾਰ ਤੁਹਾਡੇ ਸਾਹਮਣੇ ਹੀ ਆ। ਕਾਰ ਤਕਰੀਬਨ ਲਾਓ ਤੁਸੀਂ ਪੁਰਾਣੀ ਕਾਰ ਆ, 1.5 ਲੱਖ ਰੁਪਏ ਤਾਂ ਹੈਗੀ ਆ ਨਾ। ਕਾਰ ਸ਼ੈਵਲੈਟ ਬੀਟ ਅੱਜ ਤੜਕ ਸਾਰ 3:30 ਵਜੇ ਸਾਹਮਣੇ ਹੀਰਾ ਸਿੰਘ ਭਾਈ ਉਹਨਾਂ ਦੇ ਸ਼ੋਰ ਸਰਕਟ ਦੇ ਨਾਲ ਗੱਡੀ ਨੂੰ ਅੱਗ ਲੱਗ ਗਈ। ਉਹਦਾ ਕਰਕੇ ਨਾਲ ਬਹੁਤ ਕਾਫੀ ਨੁਕਸਾਨ ਹੋਇਆ, ਪਰ ਅਸੀਂ ਜਦੋਂ ਉਹਨਾਂ ਨੇ ਸਾਨੂੰ 15 ਮਿੰਟ ਬਾਅਦ 10 ਮਿੰਟਾਂ ਬਾਅਦ ਜਾਣ ਕੇ ਫੋਨ ਲਾਇਆ, ਆ ਕੇ ਨਾਲ ਵਾਹਵਾ ਹੈਲਪ ਕਰਾਈ ਤੇ ਚਲੋ ਆਪਦੇ ਕਾਬੂ ਪਾਇਆ ਵਾ, ਪਰ ਨੁਕਸਾਨ ਕਾਫੀ ਹੋ ਗਿਆ। ਹਾਂ, ਬਾਕੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਤੇ ਨਾਲ 2-3 ਸਿਲੰਡਰ ਵੀ ਕੋਲ ਹੈਗੇ ਸੀਗੇ ਤੇ ਵੱਡਾ ਹਾਦਸਾ ਹੋਣ ਤੋਂ ਵਾਹਵਾ ਰੋਕਿਆ ਨੀ ਤੇ ਬਹੁਤ ਨੁਕਸਾਨ ਹੋਇਆ ਸੀਗਾ। ਕੋਲ ਵਾਸ਼ਿੰਗ ਮਸ਼ੀਨ ਆ ਉਹ ਵੀ ਸੜ ਗਈ ਆ ਤੇ ਨਾਲ 2 ਸਾਈਕਲ ਸੀਗੇ ਉਹ ਵੀ ਨੁਕਸਾਨੇ ਗਏ ਆ ਤੇ ਕੋਈ ਛੱਤ ਦਾ ਵੀ ਥੋੜਾ ਨੁਕਸਾਨ ਹੋਇਆ ਵਾ। ਤੇ ਫਿਰ ਵੀ ਚਲੋ ਸਿਲੰਡਰ ਗਰਮ ਬਹੁਤ ਹੀ ਫਿਰ ਵੀ ਕੱਢੇ ਨਾਲ ਗੁਆਂਢ ਗੁਆਂਢ ਨਾਲ ਰਲ ਮਿਲ ਕੇ ਤੇ ਉਹਨਾਂ ਨੂੰ ਅੱਗ ਪੈਣ ਤੋਂ ਬਚ ਗਈ ਆ।